ਲਿਓਤਲ ਸਤਾਈ ਦੀ ਕਹਾਣੀ ਬਦਲਾ ਕੀ ਕਣ ਲਈਏ ਅਨੁਵਾਦਕ ਅਬਹਿ ਸਿੰਘ ਜ਼ਿਲ੍ਹਾ ਗੁਜਰਾਵਾਲੇ ਦੇ ਸ਼ਹਿਰ ਕਰੀਮਨਗਰ ਵਿੱਚ ਇੱਕ ਗੱਭਰੂ ਰਗਵੀਰ ਸਿੰਘ ਨਾਮੇ ਵਪਾਰ ਦਾ ਕੰਮ ਕਰਦਾ ਸੀ ਐਦਿਆਂ ਦੋ ਦੁਕਾਨਾਂ আর ਇੱਕ ਮਕਾਨ ਸੀ ਰਗਵੀਰ ਸਿੰਘ ਸੋਹਣਾ ਉੱਚਾ ਪਰਵਾ ਜਵਾਨ ਸੀ ਠੱਠੇ ਮਖੌਲ ਦਾ ਇਹਨੂੰ ਬੜਾ ਚੰਗਾ ਸ਼ੌਕ ਸੀ ਤੇ ਰਾਗ ਦੀ ਵੀ ਕੁਝ-ਕੁਝ ਸਮਝ ਰੱਖਦਾ ਸੀ ਜਵਾਨੀ ਚੜਦਿਆਂ ਹੀ ਇਹਨੂੰ ਸ਼ਰਾਬ ਦੀ ਆਦਤ ਪੈ ਗਈ ਤੇ ਰਤਾ ਕੋ ਵਾਦੂ ਕੋਟ ਪੀ ਕੇ ਕਦੇ-ਕਦੇ ਦੰਗਾ ਫਸਾਦ ਵੀ ਕਰਦਾ ਸੀ। ਪ੍ਰੰਤੂ ਵਿਆਹ ਹੋਣ ਦੇ ਪਿੱਛੋਂ ਉਹਨੇ ਸ਼ਰਾਬ ਥੋੜੀ ਕਰ ਦਿੱਤੀ ਤੇ ਹੁਣ ਤੇ ਕਦੇ-ਕਦਾਈਂ ਹੀ ਪੀਂਦਾ ਸੀ। ਕਤਲਕ ਦੀ ਪੂਰਨਵਾਸੀ ਦੇ ਨੇੜੇ ਰਗਵੀਰ ਸਿੰਘ ਨਨ ਕਾਣੇ ਸਾਹਿਬ ਦਾ ਮੇਲਾ ਵੇਖਣ ਵਾਸਤੇ ਤਿਆਰ ਹੋਇਆ। ਜਦ ਟੱਬਰ ਤੋਂ ਵਿਦਿਆ ਹੋਣ ਲੱਗਾ ਤਾਂ ਵਾਟੀ ਆਖਣ ਲੱਗੀ ਸਰਦਾਰ ਜੀ ਨਾ ਜਾਵੋ ਅਜਨਾ ਟੁਰ ਮੈਨੂੰ ਤੋ ਸਾਡਾ ਮਾੜਾ ਸੁਪਨਾ ਆਇਆ ਜੀ ਰਗਵੀਰ ਸਿੰਘ ਆਖਣ ਲੱਗਾ ਉਹ ਤੂੰ ਡਰਦੀ ਹੈ ਕਿ ਮੇਲੇ ਤੇ ਜਾ ਕੇ ਮੈਂ ਸ਼ਰਾਬ ਪੀ ਕੇ ਖਰੂਦ ਕਰਾਂਗਾ ਵੋਟੀ ਬੋਲੀ ਹੈ ਪਤਾ ਨਹੀਂ ਕੀ ਵਰਤੇਗਾ ਪਰ ਮੈਨੂੰ ਸੁਪਨਾ ਜ਼ਰੂਰ ਆਇਆ ਜੀ ਚ ਮੈਂ ਵੇਖਿਆ ਕਿ ਜਦ ਤੁਸੀਂ ਮੇਲੇ ਤੋਂ ਵਾਪਸ ਆਏ ਤੇ ਸਿਰੋ ਪਾਗਲਾ ਹੀ ਤਾ ਤੁਹਾਡੇ ਵਾਲ ਸਾਰੇ ਬੱਗੇ ਨੇ ਰਗਵੀਰ ਸਿੰਘ ਹੱਸਿਆ ਅੱਤ ਫਿਰ ਚੰਗਾ ਸ਼ਗਨ ਹੈ ਨਾ ਮੈਂ ਮੇਲੇ ਤੇ ਆਪਣਾ ਮਾਲ ਵੇਚ ਕੇ ਤੇਰੇ ਵਾਸਤੇ ਬਥੇਰੀਆਂ ਸੁੰਦਰ ਵਸਤੂਆਂ ਲਿਆਵਾਂਗਾ ਤੱਬਰ ਤੋਂ ਵਿਦਿਆ ਹੋ ਕੇ ਉਹਨੇ ਗੱਡੇ ਅੱਗੇ ਬੈਲ ਜੋਤ ਲਈ ਤੇ ਸਫ਼ਰ ਸ਼ੁਰੂ ਕੀਤਾ ਜਦੋਂ ਹਾਫਜ਼ਾਬਾਦ ਪਹੁੰਚਿਆ ਤਾਂ ਉਹਨੂੰ ਆਪਣਾ ਜਾਣੂ ਇੱਕ ਹੋਰ ਸੌਦਾਗਰ ਮਿਲਿਆ ਤੇ ਉਹ ਦੋਵੇਂ ਇਕੱਠੇ ਸਰਾਂ ਦੇ ਵਿੱਚ ਰਹੇ ਉਹਨਾਂ ਨੂੰ ਚਾਹ ਬਣਵਾ ਕੇ ਪਈ ਤੇ ਰਲ ਦੀਆਂ ਕੋਠੀਆਂ ਵਿੱਚ ਜਾ ਕੇ ਸੌਂ ਗਏ ਰਗਵੀਰ ਸਿੰਘ ਨੂੰ ਤੜਕੇ ਸਾਰ ਤੁਰਨ ਦੀ ਤਾਂਗ ਸੀ ਐਸ ਲਈ ਉਹ ਜਲਦੀ ਸੌਂ ਗਿਆ ਪੌ ਫੁੱਟਣ ਤੋਂ ਪਹਿਲਾਂ ਉਹਨੇ ਸਰਾਂ ਵਾਲੇ ਨੂੰ ਜਗਾਇਆ ਤੇ ਆਪਣੀ ਕੋਠੜੀ ਦੇ ਕਿਰਾਏ ਦੇ ਪੈਸੇ ਦੇ ਕੇ ਅੱਗੇ ਨੂੰ ਟੁਰ ਪਿਆ ਜਦੋਂ ਸਾੰਗਲੇ ਆਪੜਿਆ ਤੇ ਉਥੇ ਸਾਹ ਲੈਣ ਲਈ ਠਹਿਰ ਗਿਆ ਤਾਂ ਇੱਕ ਸਰਾਂ ਦੇ ਵਿੱਚ ਜਾ ਕੇ ਡੇਰਾ ਲਾਇਆ ਨੌਕਰ ਨੂੰ ਗਰਮ ਚਾਹ ਤਿਆਰ ਕਰਨ ਦਾ ਹੁਕਮ ਦੇ ਕੇ ਆਪ ਹੱਥ-ਮੂੰਹ ਧੋ ਕੇ ਸਤਾਰ ਫੜ ਕੇ ਬਜਾਉਣ ਲੱਗਾ ਅਚਨ 체ਤੀ ਕੋ ਮੋਟਰ ਉੱਥੇ ਆਵੜੀ ਜੀ ਦੇ ਵਿੱਚੋਂ ਇੱਕ ਅਫਸਰ ਔਰ ਦੋ ਸਿਪਾਹੀ ਉਤਰੇ ਅਫਸਰ ਸਿੱਧਾ ਰਗਵੀਰ ਸਿੰਘ ਕੋਲ ਆਇਆ ਤੇ ਉਹਦਾ ਥੋ ਪਤਾ ਪੁੱਛਣ ਲੱਗਾ ਰਗਵੀਰ ਸਿੰਘ ਨੇ ਸ਼ਾਂਤੀ ਨਾਲ ਪੂਰਾ ਜਵਾਬ ਦਿੱਤਾ ਤੇ ਪੁੱਛਿਆ ਕਿ ਚਾਹ ਪੀਓਗੇ ਪਰੰਤੂ ਅਫਸਰ ਹੋਰ ਸਵਾਲ ਪੁੱਛਦਾ ਗਿਆ ਤਾਂ ਪਿਛਲੀ ਰਾਤ ਕਿੱਥੇ guzari ਸੀ ਤੂੰ ਇਹ ਕल्लाਸੀ ਕਿ ਤੇਰੇ ਨਾਲ ਕੋਈ ਹੋਰ ਵੀ ਸੌਦਾ ਕਰ ਸੀ ਕਿ ਤੂੰ ਉਸ ਦੂਜੇ ਸੌਦਾਗਰ ਨੂੰ ਸਵੇਰੇ ਮਿਲਿਆ ਰਾਤ ਰਹਿੰਦੀ ਤੂੰ ਸਰਾਂ ਦੇ ਵਿੱਚੋਂ ਟੁਰਕਿਉ ਪਿਆ ਰੁਗਵੀਰ ਸਿੰਘ ਹੱਕਾ ਪੱਕਾ ਸੀ ਇਹ ਪ੍ਰਸ਼ਨ ਕਿਉਂ ਪੁੱਛੇ ਜਾ ਰਹੇ ਨੇ ਪਰ ਜੋ ਕੁਝ ਉਹਨੂੰ ਪਤਾ ਸੀ ਉਹ ਦੱਸਦਾ ਗਿਆ ਤੇ ਆਖਣ ਲੱਗਾ ਤੁਸੀਂ ਮੈਨੂੰ ਡਾਕੂ ਜਾਂ ਚੋਰ ਸਮਝ ਕੇ ਕਿਉਂ ਪ੍ਰਸ਼ਨ ਕਰਦੇ ਹੋ ਮੈਂ ਆਪਣੇ ਨਿੱਜੀ ਕੰਮ ਜਾ ਰਿਹਾ ਤੇ ਤੁਹਾਨੂੰ ਮੇਰੇ ਉੱਤੇ ਇਹੋ ਜਿਹੇ ਸਵਾਲ ਕਰਨ ਦੀ ਕੋਈ ਜ਼ਰੂਰਤ ਨਹੀਂ ਅਫਸਰ ਨੇ ਆਖਿਆ ਮੈਂ ਇਸ ਇਲਾਕੇ ਦਾ ਸਬ ਇੰਸਪੈਕਟਰ ਹਾਂ ਤੇ ਪ੍ਰਸ਼ਨ ਇਸ ਲਈ ਪੁੱਛਦਾ ਕਿ ਜਿਸ ਮਿੱਤਰ ਸੌਦਾਗਰ ਨਾਲ ਤੂੰ ਹਾਫਜ਼ਾਵਾਦ ਰਾਤ ਕੱਟੀ ਸੀ ਉਹਦੀ ਗਰਦਨ ਵੱਢੀ ਹੋਈ ਮਿਲੀ ਹੈ ਅਸਾਂ ਤੇਰੀ ਤਲਾਸ਼ੀ ਲੈਣੀ ਹੈ ਇਹ ਗੱਲ ਆ ਕਿ ਉਹ ਮਕਾਨ 'ਚ ਵੜ ਗਏ ਤੇ ਸਿਪਾਹੀਆਂ ਤੇ ਥਾਣੇਦਾਰ ਨੇ ਰਘੂਬੀਰ ਸਿੰਘ ਦਾ ਅਸਬਾਬ ਖੋਲ੍ਹਿਆ ਤੇ ਤਲਾਸ਼ੀ ਸ਼ੁਰੂ ਕਰ ਦਿੱਤੀ ਅਚੰਭੇ ਜੀ ਤੀ ਥਾਣੇਦਾਰ ਨੇ ਰਘੂਬੀਰ ਸਿੰਘ ਦੇ ਟਾਲੇ ਦੇ ਵਿੱਚੋਂ ਇੱਕੋ ਛੁਰਾ ਕੱਢਿਆ ਤੇ ਪੁੱਛਣ ਲੱਗਾ ਇਹ ਕਿਸ ਦਾ ਹੈ ਰਗਵੀਰ ਸਿੰਘ ਛੁਰੇ ਦੇ ਉੱਤੇ ਲਹੂ ਦਾ ਨਿਸ਼ਾਨ ਵੇਖ ਕੇ ਡਰ ਗਿਆ ਅਫਸਰ ਨੇ ਪੁੱਛਿਆ ਇਸ ਛੁਰੇ ਦੇ ਉੱਤੇ ਲਹੂ ਕਿੱਥੋਂ ਆਇਆ ਰਗਵੀਰ ਸਿੰਘ ਨੇ ਜਵਾਬ ਦੇਣ ਦਾ ਯਤਨ ਕੀਤਾ ਪਰੰਤੂ ਉਹਦੇ ਮੂੰਹੋਂ ਆਵਾਜ਼ ਹੀ ਨਾ ਨਿਕਲੀ ਤੇ ਉਹ اٹਕ-ਟਕ ਕੇ ਬੋਲਿਆ ਮੈਨੂੰ ਨਹੀਂ ਪਤਾ ਜੀ ਪਰ ਮੇਰਾ ਨਹੀਂ ਥਾਣੇਦਾਰ ਨੇ ਆਖਿਆ ਅੱਜ ਪ੍ਰਭਾਤ ਵੇਲੇ ਵਿਛੌਣੇ ਦੇ ਉੱਤੇ ਸੌਦਾਗਰ ਦਾ ਗੱਲਟਿਆ ਹੋਇਆ ਸੀ ਤੇਥੋਂ ਬਿਨਾ ਹੋਰ ਕੌਣੇ ਕਰ ਸਕਦਾ ਭਲਾ ਤੁਹਾਡੀਆਂ ਕੋਠੜੀਆਂ ਨੂੰ ਅੰਦਰੋਂ ਜੰਦਰਾ ਸੀ ਤੇ ਉੱਥੇ ਹੋਰ ਕੋਈ ਵੀ ਜੀਵ ਨਹੀਂ ਸੀ ਤੇਰੇ ਹੀ ਥਾਲੇ ਦੇ ਵਿੱਚੋਂ ਲਹੂ ਭਰਿਆ ਛੁਰਾ ਨਿਕਲਿਆ ਹੁਣ ਤੇਰਾ ਮੁਖ ਤੇ ਬੋਲ ਤੇਰੇ ਵਿਰੁੱਧ ਗਵਾਹੀ ਦੇ ਰਹੇ ਨੇ ਦੱਸ ਕਿਦਾਂ ਮਾਰਿਆ ਤੇ ਕਿਸ ਤਰ੍ਹਾਂ ਉਹਦਾ ਰੁਪਈਆ ਚੁਰਾਇਆ ਰਗੂਬੀਰ ਸਿੰਘ ਨੇ ਸੋਚ ਚੁੱਕ ਕੇ ਆਖਿਆ ਕਿ ਮੈਂ ਸੌਦਾਗਰ ਨੂੰ ਨਹੀਂ ਵੜਿਆ ਚਾਹ ਪੀਣ ਤੋਂ ਮਗਰੋਂ ਮੈਂ ਉਹਨੂੰ ਵੇਖਿਆ ਹੀ ਨਹੀਂ ਮੇਰੀ ਆਪਣੀ 800 ਰੁਪਏ ਤੋਂ ਬਿਨਾ ਮੇਰੇ ਪਾਸ ਹੋਰ ਕਿਸੇ ਦਾ ਰੁਪਈਆ ਵੀ ਨਹੀਂ ਚੁਰਾ ਵੀ ਮੇਰਾ ਨਹੀਂ ਹੈ ਪਰੰਤੂ ਉਹਦਾ ਬੋਲ ਟੁੱਟਿਆ ਹੋਇਆ ਸੀ ਮੂੰਹ ਪੀਲਾ ਸੀ ਤੇ ਦੋਸ਼ੀਆਂ ਦੇ ਵਾਂਗ ਉਹ ਪੈਰ ਦੇ ਨਾਲ ਕੰਬਦਾ ਪਿਆ ਸੀ ਥਾਣੇਦਾਰ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਹਦੀਆਂ ਮੁਸ਼ਕਾਂ ਕੱਸ ਕੇ ਮੋਟਰ ਗਾਟ ਵਿੱਚ ਸੁੱਟ ਲੋ ਜਿਸ ਵੇਲੇ ਉਹਦੇ ਹੱਥ ਬੰਨੇ ਗਏ ਉਹਨੇ ਚਿੱਟੇ ਵਿੱਚ ਅਰਦਾਸਾ ਸੋਧਿਆ ਤੇ ਜਾਣੀ ਜਾਣ ਕਾਲ ਪੁਰਖ ਅੱਗੇ ਸਿਰ ਨਿਵਾ ਕੇ ਰੋਣ ਲੱਗ ਪਿਆ ਰਗਵੀਰ ਸਿੰਘ ਦਾ ਅਸਬਾਬ ਰੁਪਏ ਪੁਲਿਸ ਨੇ ਕਾਬੂ ਕਰ ਲਈ ਤੇ ਉਹਨੂੰ ਗੁਜਰਾਵਾਲੀ ਦੀ ਜੇਹਲ ਅੰਦਰ ਲਜਾ ਕੇ ਡੱਕ ਦਿੱਤਾ ਕ੍ਰੀਮਨਗਰ ਪਿੰਡ ਵਿੱਚੋਂ ਰਗਵੀਰ ਸਿੰਘ ਦੇ ਚਾਲ ਚਲਣ ਬਾਬਤ ਪਤਾ ਕੀਤਾ ਗਿਆ ਸਾਰੇ ਪਲੇਮਾਨ ਸਰਪਤਵੰਤਿਆਂ ਨੇ ਇਹੋ ਆਖਿਆ ਕਿ ਰੁਗਵੀਰ ਸਿੰਘ ਪਹਿਲਾਂ ਜ਼ਰੂਰ ਖਰਾਬ ਆਦਮੀ ਹੁੰਦਾ ਸੀ ਪਰ ਹੁਣ ਤੇ ਬੜੇ ਚਿਰਾਂ ਤੋਂ ਸੁਧਰਿਆ ਹੋਇਆ ਹੈ ਇਸ ਗਵਾਹੀ ਨੂੰ ਹਾਕਮ ਨੇ ਨਾਮੰਨਿਆ ਤੇ ਅਦਾਲਤ ਨੇ ਫੈਸਲਾ ਦਿੱਤਾ ਕਿ ਰੁਗਵੀਰ ਸਿੰਘ ਨੂੰ ਪਹਿਲਾਂ ਬੈਂਤ ਲਗਾਏ ਜਾਣਾ ਤੇ ਫੇਰ ਕਾਲੇ ਪਾਣੀ ਨੂੰ ਭੇਜਿਆ ਜਾਵੇ ਰੁਗਵੀਰ ਸਿੰਘ ਦੀ ਵਾਟੀ ਨੂੰ ਜਦੋਂ ਇਹ ਖਬਰ ਮਿਲੀ ਤਾਂ ਵਿਚਾਰੀ ਬੜੀ ਵਿਆਕੁਲ ਹੋਈ ਉਹਦੇ ਬੱਚੇ ਅਜੇ ਨਿਆਣੀ ਸੀ ਛੋਟਾ ਮੁੰਡਾ ਤਾਂ ਅਜੇ ਥਣਾ ਤੇ ਹੀ ਸੀ ਉਹ ਬੱਚਿਆਂ ਨੂੰ ਨਾਲ ਲੈ ਕੇ ਪਤੀ ਦੀ ਮੁਲਾਕਾਤ ਨੂੰ ਗਈ ਬੜੀਆਂ ਮਿੰਨਤਾ ਤਰਲਿਆਂ ਦੇ ਪਿੱਛੋਂ ਉਹਨੂੰ ਪਤੀ ਨਾਲ ਮਿਲਣ ਦੀ ਇਜਾਜ਼ਤ ਮਿਲੀ ਜਦੋਂ ਨੇ ਰਗਵੀਰ ਸਿੰਘ ਨੂੰ ਜੇਹਲ ਦੇ ਕੱਪੜਿਆਂ 'ਚ ਵੇਖਿਆ ਔਰ ਪਹਿਰੀ ਪਾਈਆਂ ਬੇੜੀਆਂ ਵੇਖੀਆਂ ਤਾਂ ਉਹਨੂੰ ਗੱਸ਼ੀ ਆ ਗਈ ਕੁਛੇਰ ਮਗਰੋਂ ਹੋਸ਼ ਚਾਈ ਤਾਂ ਘਰ ਦਾ ਹਾਲ ਚਾਲ ਉਹਨੇ ਦੱਸਿਆ ਤੇ ਪਤੀ ਨੇ ਸਾਰਾ ਹਾਲ ਚਾਲ ਪੁੱਛਿਆ ਰਗਵੀਰ ਨੇ ਆਪਣੇ ਨਾਲ ਬੀਤੀ ਉਹਨੂੰ ਸਾਰੀ ਸੁਣਾ ਦਿੱਤੀ ਉਹ ਪੁੱਛਣ ਲੱਗੀ ਪੂਣਾ ਪਕੀ ਕਰੀਏ ਰਗਵੀਰ ਸਿੰਘ ਨੇ ਆਖਿਆ ਤੂੰ लाਟ ਸਾਹਿਬ ਨੂੰ ਅਰਜ਼ੀ ਭੇਜ ਦੇ ਜੇ लाਟ ਸਾਹਿਬ ਦੇ ਦਿਲ 'ਚ ਦਇਆ ਆਵੇ ਤਾਂ ਮਾਫੀ ਹੋ ਸਕਦੀ ਹੈ ਵਾਟੀ ਆਖਣ ਲੱਗੀ ਹੇ ਤੇ ਮੈਂ ਅੱਗੇ ਕਰ ਚੁੱਕੀ ਹਾਂ ਪਰੰਤੂ लाਟ ਸਾਹਿਬ ਵੱਲੋਂ ਕੋਰੀ ਨਾ ਆਈ ਹੈ ਇਸ ਜਵਾਬ ਨੇ ਰਗਵੀਰ ਸਿੰਘ ਨੂੰ ਨਿਰਾਸ਼ ਕਰ ਦਿੱਤਾ ਵਾਟੀ ਆਖਣ ਲੱਗੀ ਉਹ ਵੇਖਿਆ ਜੀ ਮੇਰੇ ਸੁਪਨੇ ਦਾ ਕੁਝ ਮਤਲਬ ਸੀ ਨਾ ਵਾਡਾ ਸਿਰ ਹੁਣੀ ਫਿਕਰ ਨਾਲ ਬੱਗਾ ਹੋ ਚੱਲਿਆ ਤੁਸੀਂ ਉਹ ਦਿਨ ਘਰ ਠਹਿਦੇ ਤੇ ਚੰਗਾ ਸੀ ਫਿਰ ਉਹ ਆਪਣੇ ਸਿਰ ਦੇ ਵਾਲ ਖੋਣ ਲੱਗੀ ਤੇ ਪੁੱਛਣ ਲੱਗੀ ਪਤੀ ਜੀ ਮੈਂ ਤੁਹ ਕੀ ਲੁਕੋ ਕੇ ਰੱਖਣਾ ਹੈ ਮੈਨੂੰ ਸੱਚੀ ਸੱਚੀ ਦੱਸ ਦਿਓ ਕੀ ਤੁਸਾਂ ਨੇ ਉਸ ਆਦਮੀ ਨੂੰ ਵੱਢਿਆ ਹੈ ਜਾਂ ਕਿਸੇ ਹੋਰ ਨੇ ਰਗਵੀਰ ਸਿੰਘ ਦੇ ਦਿਲ ਨੂੰ ਡਾਢੀ 6:00 ਵਜੇ ਆਖਣ ਲੱਗਾ ਅੱਛਾ ਤੇਰਾ ਵੀ ਮੇਰੇ ਤੇ ਯਕੀਨ ਨਹੀਂ ਰਿਹਾ ਇਹ ਆ ਕੇ ਰੋਣ ਲੱਗ ਪਿਆ ਐਨੇ ਨੂੰ ਇੱਕ ਸਿਪਾਹੀ ਨੇ ਆ ਕੇ ਆਖਿਆ ਕਿ ਮੁਲਾਕਾਤ ਦਾ ਵਕਤ ਖਤਮ ਹੋ ਚੁੱਕਾ ਹੈ ਰਗਵੀਰ ਸਿੰਘ ਨੇ ਆਪਣੀ ਵਾਟੀਅਰ ਬੱਚਿਆਂ ਨੂੰ ਆਖੀਰੀ ਵਾਰ ਪਰੇ ਨਿਆਣਾ ਤੇ ਪਿਆਰ ਨਾਲ ਡੇਠਾ ਤੇ ਫੇਰ ਮੂੰਹ ਦੂਜੇ ਪਾਸੇ ਕਰ ਲਿਆ ਜਦ ਵਾਟੀ ਅਤੇ ਬੱਚੇ ਚਲੇ ਗਏ ਰਗਵੀਰ ਸਿੰਘ ਦਿਲ ਨਾਲ ਗੱਲਾਂ ਕਰਨ ਲੱਗਾ ਅੱਛਾ ਕਰਤਾਰ ਹੁਣ ਤੇ ਵਾਟੀ ਵੀ ਸ਼ੱਕ ਕਰਦੀ ਹੈ ਸੱਚ ਹੈ ਅੰਤਰਜਾਮੀ ਪਰਮਾਤਮਾ ਬਿਨਾਂ ਹੋਰ ਕੋਈ ਵੀ ਸੱਚ ਨਹੀਂ ਜਾਣਦਾ ਕੇਵਲ ਪਰਮਾਤਮਾ ਤੋਂ ਹੀ ਦਇਆ ਮੰਗਣੀ ਚਾਹੀਦੀ ਹੈ ਔਰ ਉਸੇ ਦੇ ਦਰ ਤੋਂ ਮਿਹਰ ਦੀ ਆਸ ਹੋ ਸਕਦੀ ਹੈ ਆਸ ਦਾ ਲੱਕ ਟੁੱਟ ਚੁੱਕਾ ਸੀ ਹੁਣ ਰਗਵੀਰ ਸਿੰਘ ਨੇ ਰੱਬ ਵੱਲ ਧਿਆਨ 모ੜਿਆ ਹਾਕਮ ਦੇ ਅਨੁਸਾਰ ਬੈਂਤ ਲਗਾ ਕੇ ਕੁਝ ਦਿਨ ਮਗਰੋਂ ਹੋਰ ਕੈਦੀਆਂ ਸਣੇ ਰਗਵੀਰ ਸਿੰਘ ਨੂੰ ਕਾਲੇ ਪਾਣੀ ਭੇਜਿਆ ਗਿਆ ਰਗਬੀਰ ਸਿੰਘ ਦੇ ਕਾਲੇ ਪਾਣੀ ਵਿੱਚ 26 ਸਾਲ ਬੀਤ ਗਏ ਸਿਰ ਦੇ ਵਾਲ ਦੁੱਧ ਵਾਂਗ ਬੱਗੇ ਹੋ ਗਏ ਦਾੜੀ ਵੀ ਪਤਲੀ ਲੰਬੀ ਚਿੱਟੀ ਹੋ ਗਈ ਤੇ ਤਬੀਅਤ ਵਿੱਚ ਚੁਲਬਲੇਪਣ ਵਾਲਾ ਹੁਣ ਨਾਮੋ ਨਿਸ਼ਾਨ ਨਹੀਂ ਸੀ ਲੱਕ ਕੁੱਬਾ ਹੋ ਗਿਆ ਚਾਲ ਧੀਮੀ ਬੋਲਣ ਥੋੜਾ ਤੇ ਹੱਸਣ ਬਹੁਤ ਹੀ ਥੋੜਾ ਅਰਸਾ ਮਾ ਅਕਸਰ ਹੁਣ ਰੱਬ ਨੂੰ ਚੇਤੇ ਕਰਦਿਆਂ ਬੀਤਦਾ ਸੀ ਰਗਬੀਰ ਸਿੰਘ ਨੇ ਕਾਲੇ ਪਾਣੀ ਵਿੱਚ ਨਾਰੀਅਲ ਦੇ ਫਰਸ਼ ਆਧਿਕ ਬਣਾਉਣੇ ਸਿੱਖ ਲਏ ਅਰ ਕੰਮ ਤੋਂ ਜਦੋਂ ਵਿਹਲਾ ਹੁੰਦਾ ਸੀ ਤਾਂ ਇੱਕ ਸ਼ਬਦਾਂ ਵਾਲਾ ਗੁਟਕਾ ਪੜਦਾ ਰਹਿੰਦਾ ਸੀ ਅਫਸਰ ਉਹਦੇ ਨਾਲ ਉਹਦੀ ਤਾਬਿਆਦਾਰੀ ਕਰਨ ਦੇ ਕਾਰਨ ਖੁਸ਼ ਸੀ ਬਾਕੀ ਕੈਦੀ ਉਹਦਾ ਆਦਰ ਕਰਦੇ ਸੀ ਔਰ ਬਾਬਾ ਜੀ ਆਕੇ ਬੁਲਾਉਂਦੇ ਜਦੋਂ ਕਿਸੇ ਅਤ ਦੁੱਖ ਦੀ ਸ਼ਿਕਾਇਤ ਨੂੰ ਅਫਸਰਾਂ ਤੱਕ ਪਹੁੰਚਾਉਣਾ ਹੁੰਦਾ ਤਾਂ ਸਾਰੇ ਆਖਦੇ ਤਰਮਾਤਮਾ ਬਾਬੇ ਨੂੰ ਭੇਜੋ ਤੇ ਜਦੋਂ ਕੈਦੀ ਆਪਸ ਚ ਲੜ ਪੈਂਦੇ ਤਾਂ ਬਾਬਾ ਰਗਵੀਰ ਸਿੰਘ ਹੀ ਮੁਨਸਬੀ ਕਰਦਾ ਸੀ ਐਨਾਂ 26 ਸਾਲਾਂ ਵਿੱਚ ਰਗਵੀਰ ਸਿੰਘ ਨੂੰ ਘਰੋਂ ਕੋਈ ਵੀ ਚਿੱਠੀ ਪੱਤਰ ਨਾ ਆਇਆ। ਉਹਨੂੰ ਆਪਣੀ ਵਾਟੀ ਆ ਬਾਲ ਬੱਚਿਆਂ ਦੀ ਸੁੱਖ ਸਾਂਹ ਦਾ ਕੋਈ ਵੀ ਪਤਾ ਨਹੀਂ ਸੀ। ਇੱਕੇਰਾ ਕਈ ਨਵੇਂ ਕੈਦੀ ਹਿੰਦ ਤੋਂ ਆਏ। ਸ਼ਾਮ ਦੇ ਵੇਲੇ ਪੁਰਾਣੇ ਕੈਦੀ ਨਵਿਆਂ ਦੇ ਕੋਲ ਬੈਠੇ ਔਰ ਪਤਾ ਸੁਰੂ ਲੈਣ ਲੱਗੇ ਕਿ ਕੌਣ ਕਿੱਥੋਂ ਆਇਆ। ਕਿਸ ਜ਼ੁਰਮ ਚ ਆਇਆ। ਰਗਵੀਰ ਸਿੰਘ ਵੀ ਕੋਲ ਬੈਠਾ ਚੁੱਪਚਾਪ ਗੱਲਾਂ ਬਾਤਾਂ ਸੁਣ ਰਿਹਾ ਸੀ। ਨਵੇਂ ਕਹਤੀਆਂ ਚ ਇੱਕ ਲੰਮੇ ਕੱਦ ਦਾ ਬੜੀ ਲੰਮੀ ਉਮਰ ਦਾ ਬਜ਼ੁਰਗ ਸੀ ਉਮਰ ਹੋਏਗੀ 60 ਸਾਲ ਦਾੜੀ ਉਹਦੀ ਮੁੰਨੀ ਹੋਈ ਪਰੰਤੂ ਚਿੱਟੀ ਉਹ ਆਪਣੀ ਵਿਥਿਆ ਇਸ ਪ੍ਰਕਾਰ ਸੁਣਾਉਣ ਲੱਗਾ ਭਰਾਵੋ ਮੈਨੂੰ ਤੇ ਐਵੇਂ ਹੀ ਇੱਥੇ ਭੇਜ ਦਿੱਤਾ ਨੇ ਮੈਂ ਰਾਹ ਜਾਂਦਿਆਂ ਸੜਕ ਤੋਂ ਕਿਸੇ ਦੀਆਂ ਮੁਰਕੀਆਂ ਡਿੱਗੀਆਂ ਚੁਕੀਆਂ ਤੇ ਚੱਕਣ ਵੇਲੇ ਹੀ ਮੈਂ ਫੜਿਆ ਗਿਆ ਮੈਂ ਬਥੇਰੇ ਤਰਲੇ ਕੱਟੇ ਪਰ ਪੁਲਿਸ ਨੇ ਮੇਰੇ ਉੱਤੇ ਡਾਕੇ ਦਾ ਜੁਰਮ ਲਾ ਕੇ ਕਾਲੇ ਪਾਣੀ ਕਰਾ ਦਿੱਤਾ ਮੈਂ ਕਈ ਵਾਰ ਆਖਿਆ ਮੈਂ ਡਾਕਾ ਨਹੀਂ ਮਾਰਿਆ ਸੜਕ ਤੇ ਪਈ ਚੀਰ ਚੁੱਕੀ ਐ ਪਰ ਉਹਨਾਂ ਇੱਕ ਨਾ ਸੁਣੀ ਭਾਵੇਂ ਮੇਰੇ ਕਰਤੂਤ ਤਾਹ ਹੋ ਜੇ ਨੇ ਕਿ ਅੱਜ ਤੋ ਕਈ ਵਰੇ ਪਹਿਲਾਂ ਮੈਨੂੰ ਇੱਥੇ ਪਹੁੰਚਾ ਜਾਣਾ ਚਾਹੀਦਾ ਸੀ ਪਰ ਹੁਣ ਤਾਂ ਮੈਂ ਐਵੇਂ ਨਿਰਦੋਸਈ ਆਇਆ ਅੱਛਾ ਹੁਣ ਦੁਖੜੇ ਫੋਲਣ ਦਾ ਕੀ ਲਾਭ ਜਿੰਦੜੀਏ ਮੈਂ ਤੇ ਅੱਗੇ ਵੀ ਕਾਲੇ ਪਾਣੀ ਰਹਿ ਚੁੱਕਾ ਪਰ ਉਦੋਂ ਥੋੜਾ ਚਿਰ ਇੱਕ ਕੈਦੀ ਨੇ ਪੁੱਛਿਆ ਪਾ ਆਪਣੇ ਘਰ ਕਿੱਥੇ ਕੋਨੇ ਨਮਾ ਕੈਦੀ ਬੋਲਿਆ ਘਰ ਤੇ ਮੇਰਾ ਗੁਜਰਾਵਾਲੇ ਦੇ ਜ਼ਿਲ੍ਹਾ ਕਰੀਮਨਗਰ ਪਿੰਡ ਦਾ ਨਾਂ ਮੇਰਾ ਰਹੀਮਾ ਤੇ ਪਿਓ ਮੇਰੇ ਦਾ ਨਾਂ ਹੈ ਕਾਦਰਾ ਰਗਵੀਰ ਸਿੰਘ ਨੇ ਕਰੀਮਨਗਰ ਦਾ ਨਾਮ ਸੁਣ ਕੇ ਸਿਰ ਉੱਪਰ ਚੁੱਕਿਆ ਤੇ ਪੁੱਛਣ ਲੱਗਾ ਭਰਾ ਰਹੀਮਾ ਤੈ ਕਦੀ ਰਗਵੀਰ ਸਿੰਘ ਸੌਦਾਗਰ ਦਾ ਨਾਮ ਵੀ ਸੁਣਿਆ ਹੋਇਆ ਉਹਦੇ ਪੁੱਤ ਪੋਤਰੇ ਅੱਜ ਕੱਲ੍ਹ ਹਨ ਕਿ ਨਹੀਂ ਰਹੀ ਮੈਂ ਆਖਿਆ ਹਾਂ ਮੈਂ ਉਹਨੂੰ ਜਾਣਦਾ ਹਾਂ ਰਗਵੀਰ ਸਿੰਘ ਤਾਂ ਇੱਥੇ ਕਾਲੇ ਪਾਣੀ ਐ ਉਹਦੇ ਬਾਲ ਬੱਚਿਆਂ ਨੇ ਚੰਗਾ ਕੰਮ ਧੰਦਾ ਸੰਭਿਆਈ ਅਰ ਉਹ ਚੋਖੇ ਤਨੀ ਵੀ ਨੇ ਉਹਨਾਂ ਦੇ ਪਿਓ ਨੇ ਤਾਂ ਸੁਣਿਆ ਕੋਈ ਬੜਾ ਭਾਰੀ ਜੁਰਮ ਕੀਤਾ ਜਿਹੜਾ ਇੱਥੇ ਆਇਆ ਤੇ ਬਾਬਾ ਜੀ ਤੁਸੀਂ ਦੱਸੋ ਖਾਂ ਤੁਸੀਂ ਇੱਥੇ ਕਾਲੇ ਪਾਣੀ ਕਿਵੇਂ ਆਏ ਰਗਵੀਰ ਸਿੰਘ ਦਾ ਚਿੱਤ ਆਪਣੇ ਦੁੱਖੜੇ ਤੇ ਰੋਣ ਨੂੰ ਨਹੀਂ ਸੀ ਕਰਦਾ ਉਹਨੇ ਠੰਡਾ ਸਾਹ ਲਿਆ ਤੇ ਆਖਿਆ ਅੱਜ 26 ਸਾਲ ਹੋ ਗਏ ਨੇ ਮੈਂ ਇੱਥੇ ਆਪਣੇ ਪਾਪਾਂ ਦਾ ਫਲ ਭੋਗਣ ਲਈ ਭੇਜਿਆ ਗਿਆ ਸਾਂ ਰਹੀਮੇ ਨੇ ਪੁੱਛਿਆ "ਪਰੰਤੂ ਤੁਹਾਡੇ ਵਿਰੁੱਧ ਜੁਰਮ ਕੀ ਸੀ ਬਾਬਾ ਜੀ?" ਬਾਬੇ ਨੇ ਇਹਨਾਂ ਨੂੰ ਕਰਮ ਦਾ ਫਲ ਆਖਿਆ ਤੇ ਹੋਰ ਕੋਈ ਹਾਲ ਦੱਸਣ ਨੂੰ ਤਿਆਰ ਨਾ ਹੋਇਆ। ਪਰੰਤੂ ਦੂਜੇ ਕੈਦੀਆਂ ਨੇ ਰਹੀਮੇ ਨੂੰ ਬਾਬੇ ਦੇ ਜੁਰਮ ਸੰਬੰਧੀ ਦੱਸ ਦਿੱਤਾ ਤੇ ਕਿਸੇ ਬਦਮਾਸ਼ ਨੇ ਸੌਦਾਗਰ ਨੂੰ ਵੱਡ ਸੁੱਟਿਆ ਅਰ ਦੋ ਸ਼ਿਰਗਬੀਰ ਸਿੰਘ ਦੇ ਨਾਮ ਲੱਗਾ। ਰਹੀਮੀ ਨੇ ਜਦੋਂ ਗੱਲ ਸੁਣੀ ਤਾਂ ਇੱਕ ਵਾਰ ਉਹਨੇ ਬਾਬੇਵਾਲ ਦੇਖਿਆ ਆਪਣੀ ਗੋਡਿਆਂ ਤੇ ਹੱਥ ਰੱਖ ਕੇ ਆਖਣ ਲੱਗਾ ਇਹ ਤੇ ਬੜੀ વિચਿਤ੍ਰ ਗੱਲ ਐ ਪਰ ਬਾਬਾ ਜੀ ਤੁਸੀਂ ਤਾਂ ਬੜੀ ਛੇਤੀ ਬੁੱਢੇ ਹੋ ਗਏ ਹੋ ਹੋਰ ਕੈਦੀ ਪੁੱਛਣ ਲੱਗੇ ਕਿ ਇਹਦੇ ਵਿੱਚ વિચਿਤ੍ਰ ਗੱਲ ਕਾਹਦੀ ਐ ਉਸ ਨੇ ਇਸ ਤੋਂ ਪਹਿਲਾਂ ਰਗਵੀਰ ਸਿੰਘ ਨੂੰ ਕਦੋਂ ਵੇਖਿਆ ਸੀ ਪ੍ਰੰਤੂ ਰਹੀਮੀ ਨੇ ਕੇਵਲ ਇੰਨਾ ਹੀ ਆਖਿਆ ਹੈ ਤਾਂ ਜਾਦੂ ਦੀ ਖੇਡ ਹੋਈ ਅਸੀਂ ਇਸ ਪ੍ਰਕਾਰ ਫੇਰ ਆਪਸ ਵਿੱਚ ਇਕੱਠੇ ਹੋ ਗਏ ਆ ਉਹਦੇ ਇਹਨਾਂ ਬਚਨਾਂ ਨੇ ਰਗਵੀਰ ਸਿੰਘ ਦੇ ਦਿਲ 'ਚ ਸ਼ੱਕ ਪਾਇਆ ਕਿ ਕੀ ਪਤਾ ਰਹੀਮੇ ਨੂੰ ਉਸ ਕਤਲ ਦਾ ਕੁਝ ਪੇਤ ਮਾਲੂਮ ਹੋਵੇ ਉਹ ਪੁੱਛਣ ਲੱਗਾ ਭਰਾ ਰਹੀਮਿਆ ਉਸ ਕਤਲ ਦਾ ਤੈਨੂੰ ਕੁਝ ਪਤਾ ਏ ਕੀ ਤੂੰ ਮੈਨੂੰ ਕਿਸੇ ਹੋਰ ਤਾਂ ਦੇਖਿਆ ਹੋਇਆ ਰਹੀਮੇ ਨੇ ਆਖਿਆ ਹਾਂ ਮੈਂ ਉਸ ਕਤਲ ਸਬੰਧੀ ਸੁਣਿਆ ਲੋਕਾਂ ਸਾਰਿਆਂ ਨੇ ਵੀ ਸੁਣਿਆ ਪਰੰਤੂ ਹੁਣ ਬੜਾ ਚਿਰ ਹੋ ਗਿਆ ਮੈਂ ਜੋ ਕੁਝ ਵੀ ਸੁਣਿਆ ਸੀ ਉਹ ਭੁੱਲ ਗਿਆ ਹਾਂ। ਬਾਬਾ ਜੀ ਆਖਣ ਲੱਗੇ ਕੁਝ ਤੈਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਕਤਲ ਕਿਸ ਨੇ ਕੀਤਾ? ਰਹੀਮਾ ਹੱਸ ਪਿਆ। ਹਾਂ ਉਹ ਉਸੇ ਨੇ ਮਾਰਿਆ ਹੋਣਾ ਨਾ ਜਿਹਦੇ ਅਸਬਾਬ ਦੇ ਵਿੱਚੋਂ ਛੁਰਾ ਲੱਭਿਆ। ਇਹ ਤਾਂ ਨਹੀਂ ਹੋ ਸਕਦਾ ਕਿਸੇ ਹੋਰ ਨੇ ਮਾਰ ਕੇ ਛੁਰਾ ਤੁਹਾਡੇ ਅਸਬਾਬ ਦੇ ਵਿੱਚ ਰੱਖ ਦਿੱਤਾ ਹੋਏ ਕਿਉਂਕਿ ਅਸਬਾਬ ਤੁਹਾਡੀ ਆਪਣੀ ਸਰਹਾਂਦੀ ਦੇ ਕੋਲ ਪਿਆ ਸੀ। ਤੇ ਕੋਈ ਉਥੇ ਛੁਰਾ ਰੱਖਦਾ ਤਾਂ ਜ਼ਰੂਰ ਤੈਨੂੰ ਸੁਣ ਜਾਂਦਾ ਨਾ ਰਹੀਮੇ ਦੀ ਇਹ ਗੱਲ ਸੁਣ ਕੇ ਰਗਵੀਰ ਸਿੰਘ ਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਇਸੇ ਰਹੀਮ ਨੇ ਜ਼ਰੂਰ ਸੌਦਾਗਰ ਨੂੰ ਮਾਰਿਆ ਹੋਣਾ ਰਗਵੀਰ ਸਿੰਘ ਹੋਰ ਗੱਲਬਾਤ ਨਾ ਕਰ ਸਕਿਆ ਤੇ ਉਥੋਂ ਉੱਠ ਕੇ ਤੁਰ ਪਿਆ ਉਹਦੇ ਦਿਲ ਤੇ ਉਦਾਸੀ ਆ ਗਈ ਤੇ ਉਹਦੀਆਂ ਅੱਖਾਂ ਅੱਗੇ ਬੀਤਿਆ ਹੋਇਆ ਜ਼ਮਾਨਾ ਆ ਗਿਆ ਆਪਣੇ ਖਿਆਲ ਅੱਗੇ ਉਹਨੇ ਆਪਣੀ ਵਾਟੀ ਵਾਲਾ ਉਹ ਨਜ਼ਾਰਾ ਲਿਆਂਦਾ ਜਦੋਂ ਉਹਨੂੰ ਜੇਲ੍ਹ 'ਚ ਮਿਲਣ ਲਈ ਬੱਚਿਆਂ ਸਣੇ ਆਈ ਸੀ ਖਿਆਲ ਵਿੱਚ ਹੀ ਉਹਨੇ ਮੁੜ ਉਹਦੇ ਨਾਲ ਗੱਲਾਂ ਕੀਤੀਆਂ ਕੁੜੀਆਂ আর ਬੱਚਿਆਂ ਨੂੰ ਚੰਮਿਆ ਉਸ ਦੀਆਂ ਅੱਖਾਂ ਅੱਗੇ ਆਪਣੇ ਬੱਚੇ ਆ ਗਏ ਜਿਨ੍ਹਾਂ ਵਿੱਚੋਂ ਇੱਕ ਖੇਡਦਾ ਸੀ ਤੇ ਦੂਜਾ ਮਾਂ ਦੀ ਕੁਛੜ ਸੀ ਉਹਦੀਆਂ ਅੱਖਾਂ ਅੱਗੇ ਆਪਣੀ ਜਵਾਨੀ ਖੁਸ਼ੀ ਦਾ ਸਮਾ ਤੇ ਮौज ਬਹਾਰਾਂ ਆ ਗਈਆਂ ਯਾਦ ਆ ਗਿਆ ਕਿ ਜਦੋਂ ਪੁਲਿਸ ਵਾਲੇ ਫੜਨ ਆਏ ਸੀ ਤਾਂ ਮੈਂ ਮौज 'ਚ ਸਤਾਰ ਵਜਾ ਰਿਹਾ ਸੀ ਫਿਰ ਉਹ ਥਾਂ ਚੇਤੀ ਆਈ ਜਿੱਥੇ ਉਹਨੂੰ ਬੈਂਤ ਵੱਜੇ ਸੀ ਬੈਂਤ ਮਾਰਨ ਵਾਲਿਆਂ ਤੇ ਹੋਰ ਵੇਖਣ ਵਾਲਿਆਂ ਦੀਆਂ ਸ਼ਕਲਾਂ ਅੱਖਾਂ ਅੱਗੇ ਆਈਆਂ ਆਪਣੀ ਹੱਥ ਕੜੀ ਤੇ ਬੀੜੀਆਂ ਚੇਤੇ ਆ ਕੇ ਫੇਰ ਕਾਲੇ ਪਾਣੀ ਵਿੱਚ ਬੀਤ ਚੁੱਕੇ 26 ਸਾਲ ਅੱਖਾਂ ਅੱਗੇ ਆਈ ਇਹਨਾ ਸੋਚਾਂ ਚ ਰਗਵੀਰ ਸਿੰਘ ਦੇ ਦਿਲ 'ਚ ਐਡੀ ਉਦਾਸੀ ਆਈ ਕਿ ਉਹਦੇ ਮਨ ਵਿੱਚ ਆਤਮ ਹਕਾਤ ਕਰਨ ਦਾ ਖਿਆਲ ਫੁਰਿਆ ਤੇ ਫੇਰ ਆਪਣੇ ਦਿਲ ਨੂੰ ਆਖੇ ਕਿ ਇਹ ਸਭ ਸਜ਼ਾ ਮੈਨੂੰ ਰਹੀਮੇ ਦੇ ਬਦਲੇ ਮਿਲੀ ਹੈ ਕਦੇ-ਕਦੇ ਉਹਨੂੰ ਰਹੀਮੀ ਦੇ ਉੱਪਰ ਐਨਾ ਗੁੱਸਾ ਆਵੇ ਕਿ ਉਹਦੇ ਮਾਰ ਸੱਟਣ ਨੂੰ ਚੇਤ ਤਾਖੇ ਸਾਰੀ ਰਾਤ ਰਗਵੀਰ ਸਿੰਘ ਨੇ ਪਾਠ ਕਰਦਿਆਂ ਬਤਾ ਦਿੱਤੀ ਪਰ ਦਿਲ ਸੀ ਕਿ ਸ਼ਾਂਤੀ ਨਾ ਹੋਇਆ ਜਦੋਂ ਦਿਨ ਹੋਇਆ ਉਹ ਰਹੀਮੀ ਦੇ ਕੋਲ ਦੀ ਲੰਗਣ ਵੇਲੇ ਵੀ ਉਹਦੇ ਮੂੰਹ ਵੱਲ ਨਾ ਦੇਖਿਆ ਕਰੇ ਐਦਾਂ ਦੋ ਹਫ਼ਤੇ ਲੰਘ ਗਏ ਰਗਵੀਰ ਸਿੰਘ ਨੂੰ ਰਾਤ ਨੀਂਦਰ ਨਾ ਪੈਂਦੀ ਉਦਾਸੀ ਚਿੱਤ ਉੱਤੇ ਇੰਨੀ ਪ੍ਰਬਲ ਸੀ ਕਿ ਉਹਨੂੰ ਕੁਝ ਸੋਝਦਾ ਹੀ ਨਾ ਇੱਕੇ ਰਾਤ ਵੇਲੇ ਉਹ ਆਪਣੀ ਜੇਲ੍ਹ 'ਚ ਫਿਰ ਰਿਹਾ ਸੀ ਤੇ ਇੱਕ ਥਾਂ ਤੋਂ ਮਿੱਟੀ ਕਿਰਦੀ ਨਜ਼ਰ ਪਈ ਉਹ ਇਸ ਦਾ ਕਾਰਨ ਢੂੰਢਣ ਲਈ ਉੱਥੇ ਹੀ ਠਹਿਰ ਗਿਆ ਤੇ ਲੁਕਿਆ ਹੋਇਆ ਰਹੀਮਾ ਕਬੜਾ ਕੇ ਉਹਦੇ ਸਾਹਮਣੇ ਆ ਗਿਆ ਰਗਵੀਰ ਸਿੰਘ ਬੇਪਰਵਾਹੀ ਦੇ ਨਾਲ ਉਥੋਂ ਟੁਰਨ ਹੀ ਲੱਗਾ ਸੀ ਪ੍ਰੰਤੂ ਰਹੀਮ ਨੇ ਉਹਦੀ ਬਾਹ ਫੜ ਲਈ ਤੇ ਦੱਸਣ ਲੱਗਾ ਕਿ ਮੈਂ ਜੇਲ੍ਹ ਦੀ ਦੀਵਾਰ 'ਚੋਂ ਸੁਰਾਖ ਕਰ ਰਿਹਾ ਹਾਂ ਅਰ ਰੋਜ਼ ਥੋੜੀ-ਥੋੜੀ ਮਿੱਟੀ ਆਪਣੀ ਜੁੱਤੀ 'ਚ ਪਾ ਲੈਂਦਾ ਜਦੋਂ ਬਾਹਰ ਕੰਮ ਕਰਨ ਜਾਂਦੇ ਆ ਉਹ ਦੋਸਤ ਟੋਨਾ ਜੇ ਤੂੰ ਚੁੱਪ ਰੱਖੀ ਤਾਂ ਮੈਂ ਤੈਨੂੰ ਵੀ ਇਸ ਮੋਰੇ ਰਾਹੀ ਬਾਹਰ ਕੱਢ ਦਿਆਂਗਾ ਤੇ ਆਪ ਵੀ ਨਿਕਲ ਜਾਵਾਂਗਾ ਪਰ ਜੇ ਤੂੰ ਮੇਰੀ ਚੁਗਲੀ ਕੀਤੀ ਤਾਂ ਭਾਵੇਂ ਉਹ ਮੈਨੂੰ ਹੁਣ ਬੈਂਤ ਮਾਰ ਲੈਣਗੇ ਪਰ ਉਸ ਤੋਂ ਪਿੱਛੋਂ ਮੈਂ ਤੇਰੀ ਮਿੱਟੀ ਖوار ਕਰਾਂਗਾ ਮੈਂ ਤੈਨੂੰ ਮਾਰ ਸੁੱਟਾਂਗਾ ਜਦੋਂ ਰਗਵੀਰ ਸਿੰਘ ਨੇ ਆਪਣੇ ਵੈਰੀ ਨੂੰ ਵੇਖਿਆ ਤਾਂ ਮੂੰਹ ਉਹਦਾ ਗੁੱਸੇ ਨਾਲ ਲਾਲ ਹੋ ਗਿਆ ਤੇ ਸਰੀਰ ਕੰਬਿਆ ਇੱਕ ਝਟਕੇ ਨਾਲ ਉਹਨੇ ਆਪਣੀ ਬਾਹ ਰਹੀਮੇ ਦੇ ਕੋਲੋਂ ਛੁਡਾ ਲਈ ਤੇ ਆਖਿਆ ਮੈਨੂੰ ਨੱਸ ਜਾਣ ਦਾ ਕੋਈ ਲਾਭ ਨਹੀਂ ਤੇ ਜਿਹੜਾ ਮੈਨੂੰ ਮਾਰ ਸੁੱਟਣ ਦਾ ਡਰਾਵਾ ਦਿੰਦਾ ਹੈ ਨਾ ਤੂੰ ਮੈਨੂੰ ਅੱਜ ਤੋਂ 26 ਸਾਲ ਪਹਿਲਾਂ ਦਾ ਮਾਰ ਚੁੱਕਾ ਹੈ ਤੇਰੇ ਉੱਤੇ ਚੁਗਲੀ ਕਰਾਂਗਾ ਜਾਂ ਨਾ ਐਸ ਵਿੱਚ ਜਿਨੇ ਕਰਤਾਰ ਮੇਰੀ ਦੀ ਮਰਜ਼ੀ ਹੋਏਗੀ ਉਵੇਂ ਹੀ ਹੋਏਗਾ ਦੂਜੇ ਦਿਨ ਜਦੋਂ ਕੈਦੀ ਕੰਮ ਕਰਨ ਬਾਹਰ ਗਏ ਹੋਏ ਸੀ ਤਾਂ ਪਿੱਛੋਂ ਪਹਿਰੇਦਾਰਾਂ ਨੇ ਰਹੀਮੇ ਵਾਲਾ ਉਹ ਮੋਰਾ ਕਿਤੇ ਵੇਖ ਲਿਆ ਚਾਟ ਰਿਪੋਰਟ ਹੋ ਗਈ ਤੇ ਜੇਲ੍ਹ ਵਾਲਾ ਵੱਡਾ ਦਰੋਗਾ ਪੜਤਾਲ ਕਰਨ ਲੱਗਾ ਹਰ ਇੱਕ ਕੈਦੀ ਨੂੰ ਪੁੱਛਿਆ ਗਿਆ ਕਿ ਜੇਲ੍ਹ ਦੀ ਦੀਵਾਰ ਦੇ ਵਿੱਚ ਮੋਰਾ ਕੌਣ ਕਰ ਰਿਹਾ ਸੀ ਸਾਰੇ ਮੁੱਕਰ ਗਏ ਜੀਨੂੰ ਵੀ ਪਤਾ ਸੀ ਉਹਨੇ ਵੀ ਡਰ ਦੇ ਮਾਰੇ ਨਾਮ ਨਾ ਲਿਆ ਕਿਉਂਕਿ ਰਹੀਮੇ ਨੂੰ ਬੈਂਤਾਂ ਦੀ ਸਖਤ ਮਾਰ ਪੈਣੀ ਸੀ ਇਦਾਂ ਦਰੋਗਾ ਪੁੱਛਦਾ ਪੁੱਛਦਾ ਰਗਵੀਰ ਸਿੰਘ ਦੇ ਕੋਲ ਆਇਆ ਕਿ ਉਹਨੂੰ ਪਤਾ ਸੀ ਉਹ ਸੱਚਾ ਆਦਮੀ ਹੈ ਪੁੱਛਣ ਲੱਗਾ ਬਾਬਾ ਤੂੰ ਸੱਚ ਬੋਲਦਾ ਰੱਬ ਨੂੰ ਸਾਖੀ ਜਾਣ ਕੇ ਦੱਸੇ ਮੋਰਾ ਕਿਸ ਨੇ ਕੀਤਾ ਰਹੀਮਾ ਵੀ ਕੋਲ ਖੜਾ ਫਰ-ਫਰ ਕੰਬ ਰਿਆ ਸੀ ਡਰ ਦੇ ਮਾਰੇ ਉਹ ਰਗਵੀਰ ਸਿੰਘ ਦੇ ਸਾਹਮਣੇ ਅੱਖ ਵੀ ਨਹੀਂ ਸੀ ਚੁੱਕਦਾ ਰਗਵੀਰ ਸਿੰਘ ਦੇ ਹੱਥ ਹਰ ਬੁੱਲ ਕੰਬੇ ਤੇ ਉਹਨੇ ਦਿਲ 'ਚ ਸੋਚਿਆ ਇਸ ਆਦਮੀ ਨੇ ਮੈਨੂੰ ਚੰਗੀ ਤਰ੍ਹਾਂ ਗਾਲਿਆ ਹੈ ਮੈਂ ਹੁਣ ਇਸ ਪਰ ਖਿਮਾ ਕਿਉ ਕਰਾਂ ਜਿੱਦਾਂ ਮੈਨੂੰ ਦੁੱਖ ਹੋਇਆ ਐਨੂੰ ਵੀ ਤੇ ਹੋਵੇ ਨਾ ਜੇ ਮੈਂ ਇਹਦੀ ਸ਼ਿਕਾਇਤ ਕਰ ਦਿਆਂ ਅਨੁਬੰਧ ਤਾਂ ਜ਼ਰੂਰ ਵਜਣਗੇ ਪਰ ਇਹਦੇ ਨਾਲ ਮੇਰਾ ਕੀ ਸਮਰੇਗਾ ਦਰੋਗੇ ਨੇ ਫੇਰ ਪੁੱਛਿਆ ਬਾਬਾ ਸੱਚ ਕਹੋ ਮੋਰਾ ਕਿਸਨੇ ਕੀਤਾ ਏ ਰਗਵੀਰ ਸਿੰਘ ਨੇ ਰਹੀਮੇ ਵਾਲ ਐਵੇਂ ਵੇਖਿਆ ਤੇ ਫੇਰ ਦਿਲ ਕਰੜਾ ਕਰਕੇ ਆਖਿਆ ਹਜ਼ੂਰ ਮੈਂ ਨਹੀਂ ਦੱਸ ਸਕਦਾ ਰੱਬ ਦਾ ਹੁਕਮ ਦੱਸਣ ਦਾ ਮੈਨੂੰ ਨਹੀਂ ਮੈਂ ਨਹੀਂ ਦੱਸ ਸਕਦਾ ਜੋ ਤੁਹਾਡੀ ਇੱਛਾ ਹੋਵੇ ਮੇਰੇ ਨਾਲ ਕਰੋ ਮੈਂ ਤੁਹਾਡੇ ਵਸਚਾਂ ਦਰੋਗੇ ਨੇ ਬੜਾ ਯਤਨ ਕੀਤਾ ਪਰ ਰਗਵੀਰ ਸਿੰਘ ਇਹਦੂ ਇੱਕ ਅੱਖਰ ਵੀ ਵੱਧ ਨਾ ਭੋਲਿਆ ਤੇ ਇਸ ਪ੍ਰਕਾਰ ਪਤਾ ਨਾ ਲੱਗਾ ਕਿ ਮੋਰਾ ਕਿਸ ਨੇ ਕੀਤਾ ਦੂਜੀ ਰਾਤ ਜਦੋਂ ਰਗਵੀਰ ਸਿੰਘ ਆਪਣੀ ਥਾਂ ਪਰ ਸੁੱਤਾ ਪਿਆ ਸੀ ਉਸ ਨੂੰ ਕਿਸੇ ਦਾ ਆਪਣੀ ਪੈਨਦਵਲ ਆ ਕੇ ਬੈਠਣ ਦਾ ਖੜਾਕ ਹੋਇਆ ਹਨੇਰੇ ਚ ਉਹਨੇ ਚਾਕਿਆ ਤੇ ਵੇਖਿਆ ਤੇ ਰਹੀਮਾ ਐ ਪੁੱਛਣ ਲੱਗਾ ਕੀ ਕਰਦਾ ਪਿਆ ਇੱਥੇ ਮੇਰੇ ਨਾਲ ਕੀ ਕੰਮ ਐ ਤੇਰਾ ਰਹੀਮ ਚੁੱਪ ਰਿਹਾ ਰਗਵੀਰ ਉੱਠ ਬੈਠਾ ਤੇ ਆਖਣ ਲੱਗਾ ਦੱਸ ਖਾਂ ਕੀ ਕੰਮ ਐ ਤੂੰ ਟੁਰ ਜਾ ਇੱਥੋਂ ਨਹੀਂ ਤੇ ਮੈਂ ਪਹਿਰੇਦਾਰ ਨੂੰ ਸੱਦਾਂਗਾ ਰਹੀਮਾ ਰਗਵੀਰ ਸਿੰਘ ਦੇ ਹੋਰ ਨੇੜੇ ਹੋਇਆ ਤੇ ਹੌਲੀ ਜਿਹਾ ਆਖਣ ਲੱਗਾ ਰਗਵੀਰ ਸਿੰਘ ਜੀ ਮੈਨੂੰ ਬਖਸ਼ ਲਓ ਰਗਵੀਰ ਬੋਲਿਆ ਮੈਂ ਥੋ ਕੀ ਬਖਸ਼ਾਉਣਾ ਐ ਰਹੀਮਾ ਆਖਣ ਲੱਗਾ ਹੋ ਸੌਦਾਗਰ ਨੂੰ ਮੈਂ ਹੀ ਮਾਰਿਆ ਸੀ ਤੇ ਛੁਰਾ ਤੁਹਾਡੇ ਬੈਗ ਦੇ ਵਿੱਚ ਲੁਕੋ ਦਿੱਤਾ ਸੀ ਮੈਂ ਤੁਹਾਨੂੰ ਵੀ ਮਾਰ ਦੇਣ ਲੱਗਾ ਸਾਂ ਪਰੰਤੂ ਉਸ ਵੇਲੇ ਵੇੜੇ ਦੇ ਵਿੱਚ ਕੋਈ ਖੜਾਕ ਹੋਇਆ ਤੇ ਮੈਂ ਤੁਹਾਡੇ ਬੈਗ ਵਿੱਚ ਛੁਰਾ ਪਾ ਕੇ ਬਾਰੀ ਥਾਣੀ ਖਿਸਕ ਗਿਆ ਰਗबीर ਸਿੰਘ ਉੱਕਾਈ ਚੁੱਪ ਹੋ ਗਿਆ ਸੋਚਾਂ ਵਿੱਚ ਪੈ ਗਿਆ ਕਦੇ ਗੁੱਸਾ ਆਵੇ ਕਦੇ ਦਇਆ ਆਵੇ ਰਹੀਮਾ ਜ਼ਮੀਨ ਤੇ ਗੋਡਿਆਂ ਦੇ ਭਾਰ ਬੈਠ ਗਿਆ ਤੇ ਆਖਣ ਲੱਗਾ ਮੈਨੂੰ ਖਿਮਾ ਕਰ ਦਿਓ ਰੱਬ ਦੇ ਨਾਂ ਤੇ ਮੈਨੂੰ ਮਾਫ ਕਰ ਦਿਓ ਮੈਂ ਹੁਣ ਵੀ ਅਫਸਰਾਂ ਨੂੰ ਆਖ ਦਿਆਂ ਕਿ ਉਹ ਸੌਦਾਗਰ ਨੂੰ ਮੈਂ ਮਾਰਿਆ ਇਸ ਤਰ੍ਹਾਂ ਤੁਹਾਨੂੰ ਮਾਫੀ ਮਿਲ ਜਾਏਗੀ ਤੇ ਤੁਸੀਂ ਖੁਸ਼ੀ ਖੁਸ਼ੀ ਇੱਥੋਂ ਵਤਨਾ ਨੂੰ ਮੁੜੋਗੇ ਰਗਵੀਰ ਸਿੰਘ ਬੋਲਿਆ ਮਿਤਰਾ ਤੇਰੇ ਵਾਸਤੇ ਆਖ ਦੇਣਾ ਕੰਮ ਸੌਖਾ ਹੈ ਪਰ ਮੈਂ ਇਹਨੂੰ ਬਰਦਾਸ਼ਤ ਕਿਵੇਂ ਕਰ ਸਕਾਂਗਾ ਮੈਂ ਹੁਣੇ ਥਾਂ ਛੱਡ ਕੇ ਜਾਣਾ ਕਿੱਥੇ ਐ ਬੋਟੀ ਮੇਰੀ ਚੜਾਈ ਕਰ ਚੁੱਕੀ ਐ ਮੁੰਡੇ ਮੈਨੂੰ ਵਿਸਾਰ ਚੁੱਕੇ ਨੇ ਹੁਣ ਮੈਂ ਕਿੱਥੇ ਜਾਣਾ ਹੋਇਆ ਰਹੀ ਮਾ ਫੇਰ ਵੀ ਉਸੇ ਤਰ੍ਹਾਂ ਹੱਥ ਜੋੜ ਕੇ ਜ਼ਮੀਨ ਨਾਲ ਟੱਕਰਾ ਮਾਰਨ ਲੱਗ ਪਿਆ ਤੇ ਬੋਲਿਆ ਮੈਨੂੰ ਖਿਮਾ ਕਰ ਦਿਓ ਜੇ ਮੈਨੂੰ ਬਹਿਤ ਪੈਂਦੇ ਮੈਂ ਉਹ ਬਰਦਾਸ਼ਤ ਕਰ ਲੈਂਦਾ ਪਰ ਤੁਹਾਡੇ ਅੱਗੇ ਅੱਖਾਂ ਨਹੀਂ ਹੋ ਸਕਦੀਆਂ ਮੈਂ ਐਡਾ ਵੱਡਾ ਸ਼ੈਤਾਨ ਆ ਕਿ ਤੁਸੀਂ ਫੇਰ ਵੀ ਮੇਰੇ ਤੇ ਤਰਸ ਕਰਦੇ ਹੋ ਤੁਸੀਂ ਅੱਜ ਮੇਰਾ ਨਾਮ ਨਹੀਂ ਲਿਆ ਰੱਬ ਦੇ ਵਾਸਤੇ ਮੈਨੂੰ ਖਿਮਾ ਕਰੋ ਭਾਵੇਂ ਮੈਂ ਬੜਾ ਵਟਾ ਹਤਿਆਰਾ ਆਂ ਪਾਪੀ ਆਂ ਪਰ ਮੈਨੂੰ ਬਖਸ਼ ਦਿਓ ਬਾਬਾ ਜੀ ਇਹ ਆਕੇ ਰਹੀਮਾ ਰੋਂ ਲੱਗ ਪਿਆ ਰਗਵੀਰ ਸਿੰਘ ਨੇ ਜਦੋਂ ਰਹੀਮੇ ਨੂੰ ਰੋਂਦੇ ਦੇਖਿਆ ਤਾਂ ਉਹਦੇ ਅਥਰੂ ਵੀ ਫੁੱਟ ਕੇ ਵਹਿ ਤੁਰੇ ਤੇ ਉਹ ਬੋਲਿਆ ਮਿਤਰਾ ਰੱਬ ਹੀ ਮਾਫ ਕਰਨ ਹਾਰਾ ਕੀ ਪਤਾ ਮੈਂ ਤੇਰੇ ਨਾਲੋਂ ਕਈ ਸੈਂਕੜੇ ਹਿੱਸੇ ਵਧੇਰੇ ਪਾਪੀ ਹਾਂ ਅਜਨ ਜੇਤੀ ਹੁਣ ਰਗਵੀਰ ਸਿੰਘ ਦੇ ਮਨ 'ਚ ਸ਼ਾਂਤੀ ਆ ਗਈ। ਉਹਨੇ ਘਰ-ਬਾਰ ਲਈ ਹੁਣ ਅਫਸੋਸ ਕਰਨਾ ਤਿਆਗ ਦਿੱਤਾ। ਜੇਲ੍ਹ 'ਚੋਂ ਬਾਹਰ ਜਾਣ ਦੀ ਵੀ ਇੱਛਾ ਨਾ ਰਹੀ ਔਰ ਹੁਣ ਕਰਤਾਰ ਦੀ ਯਾਦ ਦੇ ਵਿੱਚ ਲੱਗ ਗਿਆ। ਰਹੀਮੇ ਨੇ ਰਗਵੀਰ ਸਿੰਘ ਦੀ ਗੱਲ ਨੂੰ ਮੰਨਿਆ ਨਾ ਤੇ ਦੂਜੇ ਦਿਨ ਆਪਣਾ ਕੀਤਾ ਕਤਲ ਅਫਸਰਾਂ ਦੇ ਪਾਸ ਜਾ ਦੱਸਿਆ। ਜਾਦੇ ਗੱਲ ਵੱਡੇ ਅਫਸਰਾਂ ਪਾਸ ਗਈ ਤਾਂ ਰਗਵੀਰ ਸਿੰਘ ਦੀ ਤੁਰੰਤ ਰਿਹਾਈ ਦਾ ਹੁਕਮ ਹੋ ਗਿਆ। ਇਰੇਦਾਰ ਅਰ ਜੇਲ ਦੇ ਅਫਸਰ ਉਹਨੂੰ ਆਜ਼ਾਦ ਕਰਨ ਆਏ ਪਰ ਉਹ ਤਾਂ ਪਹਿਲਾਂ ਹੀ ਆਜ਼ਾਦ ਹੋ ਚੁੱਕਾ ਸੀ ਸਵਾਦਲਾ ਬਦਲਾ ਲੈ ਕੇ ਇਹ ਪੰਛੀ ਅਕਾਲਪੁਰਖ ਦੇ ਦੇਸ਼ ਨੂੰ ਉੱਟ ਗਿਆ ਸੀ